ਆਪਣਾ ਮਾਂ ਪਿਓ ਵੀ ਅੱਜ ਮਰ ਕੇ ਭਰਦੇ ਦੂਜਾ ਦਿਨ ਜਨਾਨੀਆਂ ਤੇ ਨੀ ਨਾ ਲੱਭਦੀਆਂ ਸੁਲਾਹ ਕਰ ਲੈਣ ਲੱਗਿਆ ਮੇਰਾ ਪਿਓ ਤੇ ਮੇਰੀ ਮਾਂ ਮੇਰੀ ਜਨਾਨੀ ਨੂੰ ਮਾਫ਼ੀ ਮੰਗਣ ਮੈਂ ਘਰ ਆ ਜਾਂਦਾ ਮੇਰੀ ਕਾਹਦੀ ਲੜਾਈ ਛੋਟੇ ਭਰਾ ਨੇ ਸਭ ਮਾਰਿਆ ਤਿੰਨ ਦਿਨ ਹੋਣ ਮੇਰਾ ਅੰਦਰ ਢਿੱਲ ਹੋਣ ਦਿਨ ਨੀ ਖਾਂਦੀ ਰੋਟੀ ਛੋਟੇ ਭਰਾ ਦਾ ਕੀ ਹੱਕ ਬਣਦਾ ਇਹਨੂੰ ਮਾਰਨ ਦਾ ਕਿੱਥੋਂ ਲੱਭਦੀਆਂ ਨੇ ਮਾਂ ਪਿਓ ਫਿਰ ਲੱਭ ਜਾਂਦੇ ਦੋਵੇਂ ਜੀ ਤੋਂ ਮਾਫ਼ੀ ਮੰਗਣਗੇ ਤੇ ਘਰ ਜਾਣਾ ਹੁਣ ਲੋਕਾਂ ਨੂੰ ਜਾ ਕਹਿੰਦੇ ਸਾਡੀ ਸੁਲਾਹ ਕਰਾਓ ਮੈਂ ਪਾਗਲ ਹਾਂ ਜਨਾਨੀ ਨੂੰ ਮਾਰ ਪਵਾ ਕੇ ਤੇ ਹੁਣ ਸੁਲਾਹ ਕਰ ਲਓ ਭਾਈ ਸਾਹਿਬ ਮੇਰੇ ਵਾਸਤੇ ਸਭ ਕੁਛ ਛੱਡ ਕੇ ਆਈਏ ਮੈਂ ਉਹਦੇ ਉਹਨੂੰ ਦਲੀਲ ਕਰਵਾਉਣਾ ਉਹ ਕਿਹਾ ਜੀ ਜੰਮੀ ਨਹੀਂ ਹੈ ਮੇਰੀ ਵੱਡੀ ਭੈਣ ਲੜ ਕੇ ਆਈ ਅੱਠ ਦਿਨ ਤੇ ਅੰਮਾ ਮੇਰੀ ਚੁੱਪ ਨਹੀਂ ਸੀ ਕਰਦੀ ਹੁੰਦੀ ਮੇਰੀ ਧੀ ਘਰ ਆ ਗਈ ਉਹ ਕਹਿੰਦੇ ਜੀ ਧੀ ਨਹੀਂ ਹੈ ਇਹਨਾਂ ਦੀਆਂ ਬਹੁਤੀਆਂ ਲੱਗਦੀਆਂ ਜਨਾਨੀਆਂ ਕਿੱਥੋਂ ਲੱਭਦੀਆਂ ਨੇ ਮਾਂ ਪਿਓ ਤੇ ਹਜ਼ਾਰਾਂ ਲੱਭ ਜਾਂਦੇ ਮਾਂ ਪਿਓ ਮਰ ਜਾਏ ਸਾਰਾ ਮਹੱਲਾ ਆ ਜਾਂਦਾ ਪੁੱਤਰਾ ਤੇਰੇ ਵੱਡੇ ਵਡੇਰੇ ਨਾਰ ਹੋ ਜਨਾਨੀ ਮਰ ਜਾਏ ਕੋਈ ਜਨਾਨੀ ਆਉਂਦੀ ਜੇ ਮੈਂ ਤੇਰੀ ਜਨਾਨੀ ਨੂੰ ਚੁੱਪ ਕਰ ਮਾਂ ਪਿਓ ਤੇ ਫਿਰ ਲੱਭ ਜਾਂਦਾ ਔਰਤ ਜਿੰਨੇ ਗਦਰ ਨਹੀਂ ਨਾ ਕੀਤੀ ਦਲੀਲ ਹੀ ਹੋਇਆ 5 ਲੱਖ ਦੀ ਕਮੇਟੀ ਨਿਕਲੀ 4 ਮਹੀਨੇ ਉਹਨੂੰ ਮਰੀ ਰੱਖਿਆ ਸਾਰੇ ਪੈਸੇ ਮੁੱਕ ਗਏ ਨੇ ਤੇ ਘਰ ਆ ਗਏ ਅੱਬਾ ਮੇਰਾ ਗਾਲਾਂ ਕੱਢਣ ਲੱਗ ਪਿਆ ਮੈਂ ਕਿਹਾ ਮੈਂ ਘੁਮਾਇਆ ਹੁੰਦਾ ਜਨਾਨੀ ਨੂੰ ਖੋਇਆ ਨੇ ਕੀ ਹੋ ਗਿਆ ਐਵੇਂ ਤੇ ਨੀ ਸਿਆਣਿਆਂ ਦੇ ਜਨਾਨੀ ਦੀਆਂ ਗਾਲਾਂ ਘਿਓ ਦੀਆਂ ਨਾਲਾਂ ਜਨਾਨੀ ਦੀਆਂ ਗਾਲਾਂ ਕਿੱਥੋਂ ਲੱਭਦੀਆਂ ਅੱਬਾ ਮੇਰਾ ਕਹਿੰਦਾ 12ਵਾਂ ਹੀ ਛੁੱਟੀ ਵੀ ਉੱਠਦੀ ਤੇਰੀ ਜਨਾਨੀ ਕੰਮ ਕਰਵਾ ਦੇਖੋ ਮੈਂ ਕਿਹਾ ਤੁਹਾਨੂੰ ਕਾਹਦੇ ਲਈ ਰੱਖਿਆ ਜੀ ਮੇਰੀ ਜਨਾਨੀ ਨੀ ਕੰਮ ਕਰਨੇ ਹਾਂਜੀ ਸਾਹਿਬ ਉਹਨੂੰ ਮੈਂ ਪੈਰ ਨੀ ਥੱਲੇ ਲਾਉਣ ਦਿੰਦਾ ਬੱਚੇ ਆਪ ਸਕੂਲੇ ਛੱਡ ਕੇ ਉਹਨਾਂ ਤਿਆਰ ਕਰਕੇ ਫਰਜ਼ ਧੋਣਾ ਭਾਂਡੇ ਮੈਂ ਧੋਣਾ ਹਾਂਜੀ ਉਹਨੂੰ ਜਿੰਨਾ ਜੇ ਮੈਂ ਘੁੱਟ ਕੇ ਨਾ ਸਮਾਂ ਮੈਨੂੰ ਨੀਂਦਰ ਹੀ ਨਹੀਂ ਪੈਂਦੀ ਹੈ ਮੇਰਾ ਅੰਦਰ ਉਹ ਦਿਨ 3 ਦਿਨ ਮੈਂ ਰੋਟੀ ਨਹੀਂ ਖਾਧੀ ਹੈ ਮੈਨੂੰ ਪਤਾ ਜਿਵੇਂ ਮੈਂ ਦਿਹਾੜੀ ਕੱਢੀ ਹੈ ਚੱਲ ਨਾ ਉਹ ਸਾਹਮਣੇ ਕੋਈ ਹੱਲ ਕਰਨੇ ਉਹ ਲੋਕਾਂ ਕੇ ਦਲੀਲ ਕਰ